ਅਸਲਾਮੁਆਲੇਕਮ ਜੀ ਜਸਤੰਦਾ ਡਾਲਰ ਦਾ ਰੇਟ ਡਿੱਗਿਆ ਨਾ ਜਿੰਨੀ ਪੈੜੀ ਸਾਡੇ ਜ਼ਿਮੀਦਾਰਾਂ ਨਾਲ ਹੋਈ ਹੈ ਨਾ ਇੰਨੀ ਪੂਰੇ ਮੁਲਕ ਵਿੱਚ ਕਿਸੇ ਹੋਰ ਬੰਦੇ ਨਾਲ ਨਹੀਂ ਹੋਈ ਹਾਂਜੀ ਸਭ ਤੋਂ ਪਹਿਲੇ ਤਾਂ ਅਸੀਂ ਗੱਲ ਕਰ ਰਹੇ ਹਾਂ ਕਪਾਹ ਦੇ ਨਾਲ ਫਿਰ ਉਹਨਾਂ ਮੈਂ ਮੁੰਜੀ ਤੇ ਮਕਾਈ ਤੇ ਵੀ ਉਹ ਕਪਾਹ ਦੇ ਆ ਮਹਿਕਮਾ ਜ਼ਰਾਤ ਨੇ ਜਦੋਂ ਅਸੀਂ ਬੀਜ ਰਿਹਾ ਦੋ ਮਹੀਨੇ ਪੂਰਾ ਰੋਲਾ ਪਾਈ ਰੱਖਿਆ ਬਈ ਰੇਟ 8500 ਰੇਟ 8500 ਪਹਿਲੇ ਜ਼ਮਾਨੇ ਲੋਕ ਝੂਠ ਬੋਲਦੇ ਸਨ ਨਾ ਟੈਨਸ਼ਨ ਕੀ ਉਹਨਾਂ ਦੀਆਂ ਸ਼ਕਲਾਂ ਬਦਲ ਜਾਂਦੀਆਂ ਨੇ ਸਾਡੀਆਂ ਨਹੀਂ ਬਦਲਦੀਆਂ ਬਈ ਅਸੀਂ ਸਿਰਫ ਝੂਠ ਬੋਲਦੇ ਨਹੀਂ ਕਲਕਾ ਦਵਾਰਾਂ ਦੇ ਲਿਖਨੇ ਆ ਜਿਹੜੀ ਸਾਰਿਆਂ ਕੋਲ ਵੱਡੀ ਦਵਾਰ ਉੱਚਾ ਬੋਰਡ ਵੇਖ ਕੇ ਉਹਨੇ ਤੇ ਲਿਖਨੇ ਆ ਸਤਾਦ ਸਾਡੀਆਂ ਦੇ ਤੇ ਨਹੀਂ ਬਦਲਦੀਆਂ ਪਿਆ ਆ ਮਹਿਕਮਾ ਜ਼ਰਾਦ ਵਾਲਿਆਂ ਦੀ ਸੁਣ ਲਓ 2 ਮਹੀਨੇ ਪੂਰੇ ਨਾ ਖੱਪ ਪਾਈ ਰੱਖੀ ਏ ਕਿ ਜੀ 8500 ਰੇਟ 8500 ਰੇਟ 8500 ਹੁਣ ਕੋਈ 7500 ਨਾਲ ਨਹੀਂ ਲੈਂਦਾ ਤੇ ਸਾਰੇ ਆਂਦੇ ਨੇ ਜੀ ਉਹ ਤੇ ਡਾਲਰ ਦਾ ਰੇਟ ਏ ਗਿਆ ਉਹ ਪਾਈ ਜੇ ਡਾਲਰ ਦੇ ਰੇਟ ਨੇ ਕਪਾ ਦਾ ਰੇਟ ਬਣਾਣਾ ਤੁਸੀਂ ਖੱਪ ਕਿਉਂ ਪਾਈ ਰੱਖੀ ਏ ਹਾਂਜੀ ਤੁਹਾਡੇ ਕੋਲ ਤੁਸੀਂ ਐਵੇਂ ਬਿਲਾ ਵਜਾ ਖਰਚਾ ਕੀਤਾ ਲਗਾ ਕੋਈ ਤੁਸਾਂ ਦਵਾਰ ਨਹੀਂ ਛੱਡੀ ਕੋਈ ਤੁਸਾਂ ਅਖਬਾਰ ਨਹੀਂ ਛੱਡੀ 8500 8500 ਜਿਹੜੀ ਗੱਡੀ ਲਈ ਪਿੰਦੇ ਨੇ ਉਹਦੇ ਤੇ ਤਿੰਨ ਤਿੰਨ ਪੈਨਾ ਫਲੈਕਸ ਲਾਏ ਨੇ 8500 ਵਾਲੇ ਉਹ ਭਾਈ ਜੇ ਰੇਟ ਡਾਲਰ ਨੇ ਬਣਾਣਾ ਤੁਸੀਂ ਐਵੇਂ ਰੋਲਾ ਪਾਇਆ ਉਸ ਤੋਂ ਬਾਅਦ ਜ਼ਿੰਮੇਦਾਰ ਕੋਲ ਜਿਹੜੀ ਜਨਵਸੇ ਉਹਦੇ ਤੇ ਡਾਲਰ ਦਾ ਰੇਟ ਡਾਇਰੈਕਟ ਅਪਲਾਈ ਹੁੰਦਾ ਰਾਤ 12 ਵੇ ਡਾਲਰ ਦਾ ਰੇਟ ਵੜੇ 12 ਵਜੇ 1 ਮਿੰਟ ਤੇ ਜਰਾ ਬਿਆਲਾ ਰੇਟ ਡਿੱਗ ਜਾਂਦੇ ਨੇ ਮੱਕੀ ਵਾਲੇ ਨੇ ਕੀ ਬਣੀ ਮੁੰਜੀ ਵਾਲੇ ਨੇ ਕੀ ਬਣੀ ਕਪਾਲੇ ਨੇ ਕੀ ਬਣੀ ਇੱਕੋ ਹੀ ਗੱਲ ਜੀ ਡਾਲਰ ਦਾ ਰੇਟ ਹੈ ਗਿਆ ਡਾਲਰ ਦਾ ਰੇਟ ਡਿੱਗ ਗਿਆ ਸਿਰਫ ਅਸਲਾ ਵਾਸਤੇ ਡਿੱਗ ਗਿਆ ਸਭ ਤੋਂ ਪਹਿਲੇ ਤਾਂ ਅਸੀਂ ਆ ਜਾਨੇ ਨੇ ਡੀਏਪੀ ਖਾਤੇ ਅਪੀਛੇ ਜ ਰੇਟ 6000 ਫਿਰ 8000 ਫਿਰ 10000 ਉਹ ਭਾਈ ਡਾਲਰ ਦਾ ਰੇਟ 10 ਰੁਪਏ ਵਧਦਾ ਸੀ ਨਾ ਰਤ ਰਾਤ ਪਤਾ ਲੱਗਦਾ ਸੀ ਉਹ ਡੀਲਰ ਪਹਿਲਾਂ ਆਖਦੇ ਦੇ ਸਨ ਰੇਟ ਇਹ ਨਾ ਹੋ ਗਿਆ ਯਕੀਨ ਕਰੋ ਐ ਸੀਜ਼ਨ ਤੇ ਮੈਨੂੰ ਸਾਡੇ ਡੀਲਰ ਨੇ ਆਖਿਆ ਨੇ ਕਿ ਜੀ 15000 ਦੀ ਤਿਆਰੀ ਕਰੋ ਡਾਲਰ ਜਾ ਰਿਹਾ 350 ਤੇ ਉਹ ਪਹਿਲਾਂ ਤਿਆਰੀ ਕਰਕੇ ਆਪਣਾ ਮਾਲ ਪੂਰਾ ਕਰਕੇ ਬੈਠੇ ਸਨ ਕਿ ਜੇ ਮਾਰਾ ਇਹ ਡਾਲਰ ਉਤਾ ਜਾਇਆ ਗਿਆ ਨਾ ਸੀ ਆਣਾ ਰੇਟ 15000 ਹੋ ਗਿਆ ਕਿੱਥੇ ਨੇ ਸਾਰੇ ਜਿੰਨਾ ਰੇਟ ਕਟਵਾਣਾ ਹੈ ਉਹਨਾਂ ਨੂੰ ਤਾਂ ਅਸੀਂ ਗੱਲ ਹੀ ਨਹੀਂ ਕਰ ਸਕਦੇ ਖੈਰ ਉਹਨਾਂ ਦੇ ਬਾਰੇ ਤੇ ਕੋਈ ਗੱਲ ਕਰਨਾ ਹੀ ਫਜ਼ੂਲ ਹੈ ਉਸ ਤੋਂ ਬਾਅਦ ਤੁਸੀਂ ਯੂਰੀਆ ਦਾ ਰੇਟ ਵੇਖ ਲਓ ਹੁਣ ਯੂਰੀਆ ਦਾ ਰੇਟ ਡਾਲਰ ਨਾਲ ਡਿੱ ਗਿਆ ਉਸ ਤੋਂ ਬਾਅਦ ਜ਼ਿੰਮੇਦਾਰ ਦੇ ਇਸਤੇਮਾਲ ਦੇ ਕਿੰਨੀਆਂ ਚੀਜ਼ਾਂ ਨੇ ਖਾ ਦੇ ਸਪਰੇਅ ਵੇ ਸਪਰੇਅ ਮੈਨੂੰ ਦੱਸੋ ਕਿਹੜੀ ਸਪਰੇਅ ਦਾ ਰੇਟ ਡਿੱਗਿਆ ਉਸ ਤੋਂ ਬਾਅਦ ਬਿਜਲੀ ਹੈ ਜਿਹੜੀ ਅਸੀਂ ਇਸਤੇਮਾਲ ਕਰ ਰਹੇ ਮੈਨੂੰ ਦੱਸੋ ਬਿਜਲੀ ਵਿੱਚ ਕਿਹੜੀ ਕਮੀ ਆਈ ਹੈ ਉਸ ਤੋਂ ਬਾਅਦ ਡੀਜ਼ਲ ਡੀਜ਼ਲ ਵਿੱਚ 8 ਰੁਪਏ ਕਮੀ ਕੀਤੀ ਹੈ ਆਟੇ ਨਮਕ ਦੇ ਬਰਾਬਰ ਉਹ ਰੇਟ ਤੇ ਡਿੱ ਗਿਆ 60 ਰੁਪਏ ਡਾਲਰ ਦਾ ਅਗਰ ਇਹ ਹੁਣ ਐਂਡ ਦੀ ਇੱਕੋ ਗੱਲ ਕਰਦੇ ਤਲਬ ਰਸ ਦੇ ਵਿੱਚ ਫਰਕ ਆ ਗਿਆ ਠੀਕ ਹੈ ਤੇ ਤਲਬ ਰਸ ਦੇ ਫਰਕ ਆ ਗਿਆ ਜ਼ਿੰਮੇਦਾਰ ਤੁਸੀਂ ਕੌਣ ਕੱਢਦੇ ਹੋ ਇਹ ਇੱਕੋ ਹੀ ਗੱਲ ਤੁਹਾਡੇ ਹੱਥੇ ਚ ਆ ਗਈ ਠੀਕ ਹੈ ਨਾ ਕੋਈ ਬੰਦਾ ਇਸ ਟਾਈਮ ਜ਼ਿੰਮੇਵਾਰੀ ਲੈਣ ਵਾਸਤੇ ਤਿਆਰ ਕੋ ਨਹੀਂ ਕਿ ਜ਼ਿੰਮੇਦਾਰਾਂ ਨਾਲ ਕੀ ਹੋ ਰਿਹਾ ਸਿਰਫ ਔਰ ਸਿਰਫ ਹਮੇਸ਼ਾ ਜ਼ਿੰਮੇਦਾਰ ਦੀ ਜਦੋਂ ਵੀ ਕੋਈ ਫਸਲ ਆਉਂਦੀ ਹੈ ਇੱਕ ਬਹਾਨਾ ਲੱਭਿਆ ਜਾਂਦਾ ਰੇਟ ਨੂੰ ਘੱਟ ਕਰਨ ਵਾਸਤੇ ਡਾਲਰ ਦੇ ਨਾਂ ਤੇ ਇੱਕ ਬਹਾਨਾ ਮੈਂ ਨਾ ਬਹਾਨਾ ਨਹੀਂ origignal ਤੁਸੀਂ ਰੇਟ ਘੱਟ ਕਰ ਦਿਓ ਬਾਕੀ ਚੀਜ਼ਾਂ ਦਾ ਵੀ ਘੱਟ ਕਰ ਦਿਓ ਫਿਰ ਜ਼ਿੰਮੇਦਾਰ ਕਿਉਂ ਬਿਟੇਗਾ ਕਣਕ ਦਾ ਹੁਣ ਗਣਕ ਦੇ ਬੀਜ ਦਾ ਰੇਟ ਆ 7700 ਰੁਪਿਆ ਆ ਉਹਦੇ ਤੇ ਡਾਲਰ ਦਾ ਰੇਟ ਨਹੀਂ ਅਪਲਾਈ ਹੁੰਦਾ ਬਾਹਰੋਂ ਤੇ ਆ ਰਹੀ 3800 ਨਾਲ ਠੀਕ ਹੈ ਨਾ ਉਹਦੇ ਤੇ ਕਿਸੇ ਬੰਦੇ ਨੇ ਪੁੱਛਿਆ ਪੰਜਾਬ ਸੀਟ ਕੋਲ ਕੋ ਰੇਟ ਅਪਲਾਈ ਹੋਣਾ ਕਿ ਨਹੀਂ ਹੋਣਾ ਬਾਕੀ ਜ਼ਿਮੀਦਾਰ ਕੋਲ ਜਿਹੜੀ ਸ਼ੈ ਆਉਂਦੇ ਤੇ ਡਾਲਰ ਦਾ ਰੇਟ ਲਾ ਦੋ ਰੇਟ ਘਟਾ ਦਿਓ ਜ਼ਿਮੀਦਾਰ ਜਾਣੇ ਆਉਂਦਾ ਕੰਮ ਜਾਣੇ ਮਰਦਾ ਮਰ ਜਾ ਉਹਦੇ ਨਾਲ ਜੋ ਹੁੰਦੀ ਏ ਹੋ ਜੇ ਖੁਦਾ ਦਾ ਨਾਮ ਮੰਨੋ ਯਾਰ ਕੋਈ ਥੋੜਾ ਜਿਹਾ ਜ਼ਮੀਨ ਜ਼ਿਮੀਦਾਰ ਨਹੀਂ ਬਚਾਣਾ ਔਰ ਅਗਰ ਮੇਰੀ ਇੱਕ ਮਿੰਟ ਗੱਲ ਸੁਣੋ ਇਸ ਟਾਈਮ ਤਿੰਨ ਫਸਲਾਂ ਨੇ ਜ਼ਿਮੀਦਾਰ ਕੋਲ ਕਪਾਹ ਏ ਮੁੰਜੀ ਅਗਰ ਉਹਨੇ ਟਾਈਮ ਤੇ ਨਹੀਂ ਵਿਕਦੀ ਟਾਈਮ ਦੇ ਉੱਤੇ ਗੰਨਮ ਦੀ ਫਸਲ ਨਹੀਂ ਲੱਗਦੀ ਟਾਈਮ ਦੇ ਉੱਤੇ ਸਰੋਂ ਦੀ ਫਸਲ ਨਹੀਂ ਲੱਗਦੀ ਸਰਸੋਂ ਦੀ ਫਸਲ ਨਹੀਂ ਲੱਗਦੀ ਠੀਕ ਹੈ ਨਾ ਜੀ ਇਹ ਦੋ ਚੀਜ਼ਾਂ ਮੈਨੂੰ ਇਹ ਦੱਸੋ ਕਿ ਸਾਡੇ ਕੋਲ ਕਿੰਨੇ ਕੋ ਡਾਲਰ ਨੇ ਅਸੀਂ ਬਾਹਰੋਂ ਮੰਗਾ ਕੇ ਪੂਰੀ ਕਰ ਲਾਂਗੇ ਇੱਥੇ ਲੋਕ ਭੁੱਖੇ ਮਰਨਗੇ ਠੀਕ ਹੈ ਨਾ ਜੀ ਅਗਰ ਜ਼ਿੰਮੇਦਾਰ ਨਾਲ ਕੋਈ 19 ਵੀ ਹੋ ਜਾਂਦਾ ਲੇਕਿਨ ਇਸ ਚੀਜ਼ ਦਾ ਕਿਸੇ ਨੂੰ ਕੀ ਅਹਿਸਾਸ ਬਸ ਡਾਲਰ ਦਾ ਰੇਟ ਘਟ ਗਿਆ ਡਾਲਰ ਦਾ ਰੇਟ ਘਟ ਇਸ ਟਾਈਮ ਕਪਾਹ ਦੀ ਖਰੀਦਾਰੀ ਤੱਕ ਕੋ ਨਹੀਂ ਯਾਰ ਜ਼ੁਲਮ ਦੀ ਅੰਤਹਾ ਹੈ ਕੱਲ ਕਪਾਹ ਵੇਚਣ ਗਿਆ ਉਹਨੇ ਕਿ ਜੀ ਖਰੀਦਾਰੀ ਬੋਲੀ ਨਹੀਂ ਹੋਣੀ ਮਸਲਾ ਕਿ ਪੇਮੈਂਟ ਕੋਈ ਡਾਲਰ ਦਾ ਰੇਟ ਘਟ ਗਿਆ ਅਫਸੋਸ ਹੈ ਯਾਰ ਮਰ ਗਏ ਅਸੀਂ ਤੇ ਡਾਲਰ ਦੇ ਰੇਟ ਨਾਲ ਦੂਸਰੀ 5 ਰੁਪਏ ਰੇਟ ਡਾਲਰ ਦਾ ਰੇਟ ਘਟ ਗਿਆ ਤੇ ਖਾਦ ਦਾ ਰੇਟ ਵੱਧ ਗਿਆ ਡੀਏਪੀ ਦਾ 400 ਵੱਧ ਗਿਆ ਸਾਨੂੰ ਦੱਸੋ ਅਸੀਂ ਡਾਲਰ ਦੇ ਰੇਟ ਵਧਣ ਦੀ ਦੁਆ ਕਰੀਏ ਘਟਣ ਦੀ ਕਰੀਏ ਸਾਡਾ ਤੇ ਸਿਰ ਲੈ ਗਿਆ ਘਟਿਆ ਰੇਟ